30 ਬੱਸਾਂ ਦਾ ਕਾਫਲਾ, 30 ਵੱਡੀਆਂ ਬੱਸਾਂ ਦਾ ਕਾਫਲਾ ਤੇ ਦਰਜਨਾਂ ਜਿਹੜੀਆਂ ਕਾਰਾਂ ਉਹ ਵੱਖ-ਵੱਖ ਪਿੰਡਾਂ ਚੋਂ ਅੰਮ੍ਰਿਤਸਰ ਲਈ ਜਾ ਰਹੀਆਂ। ਤੁਸੀਂ ਦੇਖ ਰਹੇ ਹੋ ਟੋਲ ਪਲਾਜ਼ੇ ਦੇ ਉੱਤੇ ਠਾਠਾ ਮਾਰਦਾ ਲੋਕਾਂ ਦਾ ਇਕੱਠ। ਨੌਜਵਾਨ ਹੋਣ, ਮਹਿਲਾਵਾਂ ਹੋਣ, ਸਾਡੇ ਬਜ਼ੁਰਗ ਹੋਣ, ਸਾਡੇ ਭਰਾ ਹੋਣ, ਹਰ ਤਬਕੇ ਦੇ ਲੋਕ ਜਿਹੜੇ ਰੈਲੀ 'ਚ ਜਾ ਰਹੇ ਆ। ਸੋ ਇਹ ਰੈਲੀ ਸਿੱਖਿਆ ਕ੍ਰਾਂਤੀ ਦੇ ਸੰਦਰਭ 'ਚ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਗਰੰਟੀਆਂ ਸੀਗੀਆਂ ਚੋਣਾਂ ਵੇਲੇ, ਉਹਨਾਂ ਵਿੱਚੋਂ ਸਿੱਖਿਆ ਇੱਕ ਅਹਿਮ ਗਰੰਟੀ ਸੀਗੀ ਵੀ ਹਰ ਪਰਿਵਾਰ ਦੇ ਬੱਚੇ ਨੂੰ ਮੁਫਤ ਐਜੂਕੇਸ਼ਨ ਮਿਲੇ ਅਤੇ ਮਿਆਰੀ ਐਜੂਕੇਸ਼ਨ ਮਿਲੇ। ਸੋ ਇਸ ਕਰਕੇ ਉਸ ਦਿਸ਼ਾ 'ਚ ਵੱਧਦੇ ਹੋਏ ਪੰਜਾਬ ਦੇ ਅੰਦਰ ਜਿਹੜੇ ਸਕੂਲ ਆਫ ਐਮੀਨੈਂਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸ਼ੁਰੂ ਕੀਤੇ ਗਏ ਸਨ, ਉਹ ਸਕੂਲ ਆਫ ਐਮੀਨੈਂਸ ਦਾ ਅੱਜ ਉਦਘਾਟਨ ਹੋ ਰਿਹਾ ਛਿਆਟੇ ਦੇ ਅੰਦਰ। ਸੋ ਉਹ ਸਮਰਪਿਤ ਕੀਤਾ ਜਾ ਰਿਹਾ ਪੰਜਾਬ ਨੂੰ ਅੱਜ ਸਕੂਲ ਆਫ ਐਮੀਨੈਂਸ। ਸਕੂਲ ਆਫ ਐਮੀਨੈਂਸ ਦਾ ਮਤਲਬ ਇਹ ਆ ਕਿ ਪੰਜਾਬ ਦੇ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹ 8ਵੀਂ ਔਰ 9ਵੀਂ ਤੋਂ ਬਾਅਦ ਕਿਹੜੇ ਫੀਲਡ 'ਚ ਜਾਣਾ ਚਾਹੁੰਦੇ ਆ, ਉਹਨਾਂ ਦੀ ਰੁਚੀ ਕਿੱਦਾਂ ਦੀ ਆ, ਉਹਨਾਂ ਦਾ ਬਕਾਇਦਾ ਸਾਈਨ ਕਰਕੇ ਉਹਨਾਂ ਨੂੰ ਕਿ ਉਹ ਖਿਡਾਰੀ ਬਣ ਸਕਦਾ, ਕਿ ਉਹ ਕਲਾਕਾਰ ਬਣ ਸਕਦਾ, ਕਿ ਉਹ ਸਾਇੰਸਿਸਟ ਬਣ ਸਕਦਾ, ਕਿ ਉਹ ਮਤਲਬ ਜਿਹੜਾ ਆ ਮਤਲਬ ਕਿਸੇ ਵੀ ਫੀਲਡ 'ਚ ਜਾਣਾ ਉਹਨੇ ਹੋਵੇ, ਇੰਜੀਨੀਅਰ ਬਣ ਸਕਦਾ, ਡਾਕਟਰ ਬਣ ਸਕਦਾ। ਸੋ ਇਸ ਤਰ੍ਹਾਂ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਜਿੱਥੇ ਆਮ ਘਰਾਂ ਦੇ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਜਿਹੜੇ ਆ ਉਹ ਦਾਖਲੇ ਮਿਲ ਰਹੇ ਆ, ਪੜ੍ਹਨ ਦੇ ਵੱਡੇ ਮੌਕੇ ਮਿਲਣਗੇ। ਸੋ ਇਸ ਕਰਕੇ ਪੰਜਾਬ ਦੇ ਅੰਦਰ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਕੱਲੇ ਇਕੱਲੇ ਕੀਤੇ ਹੋਏ ਵਾਅਦੇ ਤੋਂ ਇਲਾਵਾ ਵੀ ਹੋਰ ਵੱਡੀਆਂ ਇਤਿਹਾਸਕ ਪਲਾਂਘਾਂ ਪੁੱਟ ਰਹੇ ਆ।